ਨਮਸਕਾਰ ਦੋਸਤੋ ਮੈਂ ਤੁਹਾਡਾ ਦੋਸਤ ਮਨੂ ਮੋੜ ਤੇ ਪੰਜਾਬ ਜੀਕੇ ਦੇ ਰਗਾਣੀ ਇਹ ਆਪਣੀ ਗੈਰਮੀ ਕਲਾਸ ਹੈ ਇਸ ਤੋਂ ਪਹਿਲਾਂ ਮੈਂ ਤੁਹਾਨੂੰ 10 ਕਲਾਸਾਂ ਪ੍ਰੋਵਾਈਡ ਕਰਵਾ ਦਿੱਤੀ ਹੈ ਇਹ ਤੁਹਾਡੇ ਸਾਹਮਣੇ YouTube ਤੇ ਪੂਰੀ ਪਲੇਲਿਸਟ ਹੈ ਪੰਜਾਬ ਜੀਕੇ ਦੀ ਸਭ ਤੋਂ ਪਹਿਲਾਂ ਆਪਾਂ ਕੀ ਕੀਤਾ ਜੀਓਗ੍ਰਾਫੀ ਬਾਰੇ ਡਿਸਕਸ ਕੀਤਾ ਉਸ ਤੋਂ ਬਾਅਦ ਇਸ ਦਾ ਸੈਕਿੰਡ ਪਾਰਟ ਤੁਹਾਨੂੰ ਪ੍ਰੋਵਾਈਡ ਕਰਵਾਇਆ ਇਸ ਤੋਂ ਬਾਅਦ ਜੀਓਗ੍ਰਾਫੀ ਦੇ 100 MCQ's ਮਤਲਬ ਕਿ ਕੁਐਸਚਨ ਵਨ ਲਾਈਨਰ ਕੁਐਸਚਨ ਇਹ ਤੁਹਾਨੂੰ ਪ੍ਰੋਵਾਈਡ ਕਰਵਾ ਦਿੱਤੇ ਨੇ ਇਸ ਤੋਂ ਬਾਅਦ ਆਪਾਂ ਅਸੀਅਟ ਹਿਸਟਰੀ ਮਤਲਬ ਪੰਜਾਬ ਦੇ ਇਤਿਹਾਸ ਬਾਰੇ ਗੱਲਾਂ ਕੀਤੀਆਂ ਤੇ ਉਸਦੇ ਵੀ MCQ's ਪ੍ਰੋਵਾਈਡ ਕਰਾਇਆ ਹੁਣ ਆਪਾਂ ਗੱਲ ਕਰ ਰਹੇ ਆ ਸਿੱਖ ਧਰਮ ਦੇ ਗੁਰੂਆਂ ਦੇ ਰਿਗਾਰਡਿੰਗ ਠੀਕ ਹੈ ਉਸ ਦੀ ਮੈਂ ਤੁਹਾਨੂੰ ਥਿਊਰੀ ਵਿੱਚ ਕਲਾਸ ਵੀ ਪ੍ਰੋਵਾਈਡ ਕਰਵਾਈ ਆ ਅਤੇ ਐਮਸੀਬੀਯੂ ਦੀ ਵੀ ਇੱਥੇ ਦੇਖ ਸਕਦੇ ਤੁਸੀਂ ਇਸ ਕਲਾਸ ਵਿੱਚ ਜਿਹੜੇ 40 ਇੰਪੋਰਟੈਂਟ ਕੁਐਸਚਨ ਇਸ ਵਿੱਚ ਨੇ ਸਿੱਖ ਗੁਰੂ ਸਿੱਖ ਧਰਮ ਗੁਰੂਆਂ ਦੇ ਰਿਗਾਰਡਿੰਗ ਕੁਐਸਚਨਸ ਨੇ ਹਰ ਕੁਐਸਚਨ ਕਵਰ ਕੀਤਾ ਹੋਇਆ ਇਸ ਤੋਂ ਇਲਾਵਾ 60 ਕੁਐਸਚਨ ਤੁਹਾਨੂੰ ਇਸ ਵੀਡੀਓ ਵਿੱਚ ਪ੍ਰੋਵਾਈਡ ਕਰਵਾ ਦਿੱਤੇ ਨੇ ਇਸ ਤੋਂ ਇਲਾਵਾ ਇੱਕ ਕਲਾਸ ਹੋਰ ਤੁਹਾਨੂੰ ਪ੍ਰੋਵਾਈਡ ਕਰਾਵਾਂ ਜਿਸ ਵਿੱਚ ਸਿੱਖ ਧਰਮ ਦੇ ਸਾਰੇ ਹੀ ਜਿਹੜੇ ਵੀ ਗੁਰੂ ਨੇ ਆਪਣੇ ਦਸਮ ਗੁਰੂ ਨੇ ਇਨਾਂ ਦੇ ਸਾਰੇ ਇੰਪੋਰਟੈਂਟ ਪੁਆਇੰਟ ਐਂਡ ਕੁਐਸ਼ਨਸ ਕਵਰ ਹੋਣਗੇ ਉਹ ਲਾਸਟ ਕਲਾਸ ਦੇ ਐਮਸੀਕਿਊਜ਼ ਕਵਰ ਕਰਨ ਤੋਂ ਬਾਅਦ ਸਿੱਖ ਧਰਮ ਯਾਨੀ ਸਿੱਖ ਗੁਰੂਆਂ ਦੇ ਰਿਗਾਰਡਿੰਗ ਕੋਈ ਵੀ ਕੁਐਸ਼ਨ ਤੁਹਾਡਾ ਨਹੀਂ ਰਹੇਗਾ ਲਗਭਗ ਸਾਰੇ ਹੀ ਇੰਪੋਰਟੈਂਟ ਪੁਆਇੰਟ ਤੇ ਕੁਐਸ਼ਨ ਮੈਂ ਸਿੱਖ ਧਰਮ ਅਤੇ ਗੁਰੂ ਬਾਰੇ ਕਵਰ ਕਰਵਾ ਦਿੱਤੇ ਨੇ ਹੁਣ ਜਦੋਂ ਇਹ ਆਪਣਾ ਕਵਰ ਹੋ ਜਾਂਦਾ ਤਾਂ ਬਾਰੇ ਕਿਸ ਦੀ ਹੁੰਦੀ ਹੈ ਗੁਰੂ ਗ੍ਰੰਥ ਸਾਹਿਬ ਜੀ ਦੀ ਕਿਉਂਕਿ ਗੁਰੂ ਗੋਬਿੰਦ ਸਿੰਘ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਨੇ ਕੀ ਕੀਤਾ ਸੀ ਵੀ ਇਹ ਗਰੁੱਪ ਪ੍ਰਥਾ ਜਿਹੜੀ ਬੰਦ ਕਰ ਦਿੱਤੀ ਸੀ ਤੇ ਉਹਨਾਂ ਨੇ ਕੀ ਕਿਹਾ ਹੁਣ ਇਹ ਗੁਰੂ ਗ੍ਰੰਥ ਹੀ ਸਭ ਤੋਂ ਮੇਨ ਅਤੇ ਆਪਣਾ ਵੱਡਾ ਗੁਰੂ ਹੈ ਸਾਰਿਆਂ ਨੂੰ ਇਹ ਹੁਕਮ ਦਿੱਤਾ ਗਿਆ ਕਿ ਗੁਰੂ ਗ੍ਰੰਥ ਨੂੰ ਹੀ ਗੁਰੂ ਮੰਨਣ ਓਕੇ ਹੁਣ ਆਪਾਂ ਗੁਰੂ ਗ੍ਰੰਥ ਬਾਰੇ ਜਾਣ ਲੈਨੇ ਆ ਕੁਝ ਤਾਂ ਮੇਨ ਮੇਨ ਪੁਆਇੰਟ ਐਗਜ਼ਾਮ ਦੇ ਪੁਆਇੰਟ ਆਫ 뷰 ਨਾਲ ਕਾਫੀ ਇੰਪੋਰਟੈਂਟ ਨੇ ਸਿਰਫ ਵੀਡੀਓ ਨੂੰ ਦੇਖਿਓ ਨਾ ਰਾਈਟ ਡਾਊਨ ਵੀ ਜਰੂਰ ਕਰ ਲਿਓ ਐਂਡ ਜੇ ਹਲੇ ਤੱਕ ਤੁਸੀਂ ਵਟਸਐਪ ਗਰੁੱਪ ਨਹੀਂ ਜੁਆਇਨ ਕੀਤਾ ਤਾਂ ਲਿੰਕ ਵੀਡੀਓ ਦੇ ਡਿਸਕ੍ਰਿਪਸ਼ਨ ਵਿੱਚ ਮੈਂ ਦੇ ਦਿੱਤਾ ਉੱਥੇ ਜਾ ਕੇ ਵਟਸਐਪ ਗਰੁੱਪ ਵੀ ਜੁਆਇਨ ਕਰ ਸਕਦੇ ਹੋ ਗੁਰੂ ਗ੍ਰੰਥ ਸਾਹਿਬ ਜੀ ਬਾਰੇ ਗੱਲ ਕਰੀਏ ਤਾਂ ਗੁਰੂ ਗ੍ਰੰਥ ਸਾਹਿਬ ਜੀ ਸਿੱਖ ਧਰਮ ਦਾ ਪਹਿਲਾ ਸਥਿ ਧਾਰਮਿਕ ਗ੍ਰੰਥ ਹੈ ਓਕੇ ਤਾਂ ਇਹ ਸਭ ਨੂੰ ਪਤਾ ਹੈ ਤੇ ਇਸ ਗੁਰੂ ਗ੍ਰੰਥ ਵਿੱਚ ਆਪਣੇ ਸਿੱਖ ਗੁਰੂ ਦੇ 6 ਸਿੱਖ ਧਰਮ ਦੇ 6 ਗੁਰੂਆਂ ਦੀ ਬਾਣੀ ਸ਼ਾਮਿਲ ਹੈ ਤੇ ਇਸ ਤੋਂ ਇਲਾਵਾ ਕਈ ਸਾਧੂ ਸੰਤਾਂ ਦੀ ਰਚਨਾ ਵੀ ਇਸ ਵਿੱਚ ਸ਼ਾਮਿਲ ਕੀਤੀ ਗਈ ਜਿਹੜੇ ਸਾਧੂ ਸੰਤ ਇਹ Hindu ਸਾਧੂ ਸੀ ਜਿਹੜੇ ਫਕੀਰ ਸੀ ਜਾਂ ਸੰਤ ਸੀ ਨਾ ਉਹਨਾਂ ਦੀ ਰਚਨਾ ਵੀ ਸ਼ਾਮਿਲ ਹੈ ਤੇ ਮੁਸਲਿਮ ਸਾਧੂ ਸੰਤਾਂ ਦੀ ਰਚਨਾ ਵੀ ਸ਼ਾਮਿਲ ਹੈ ਇਸ ਤੋਂ ਇਲਾਵਾ ਗੁਰੂ ਗ੍ਰੰਥ ਦਾ ਸੰਪਾਦਨ ਗੁਰੂ ਅਰਜਨ ਦੇਵ ਜੀ ਅਤੇ ਭਾਈ ਗੁਰਦਾਸ ਜੀ ਦੁਆਰਾ ਕੀਤਾ ਗਿਆ ਮਤਲਬ ਕਿ ਗੁਰੂ ਅਰਜਨ ਦੇਵ ਜੀ ਨੇ ਕਿਹਾ ਕਿ ਜਿਹੜੇ ਵੀ ਆਪਣੇ ਗੁਰੂ ਨੇ ਹਨਾ ਜਿਹੜੇ ਗੁਰੂ ਹੋਏ ਨੇ ਉਹਨਾਂ ਦੀ ਬਾਣੀਆਂ ਨੂੰ ਇਕੱਠੀ ਕੀਤਾ ਜਾਵੇ ਤੇ ਉਹ ਕਿਸ ਦੀ ਮਦਦ ਨਾਲ ਗੁਰੂ ਅਰਜਨ ਦੇਵ ਜੀ ਨੇ ਕੀਤਾ ਭਾਈ ਗੁਰਦਾਸ ਜੀ ਦੀ ਮਦਦ ਨਾਲ ਗੁਰੂ ਗ੍ਰੰਥ ਦੀ ਸੰਪਾਦਨ ਕੀਤਾ ਓਕੇ ਇਹ ਕਦੋਂ ਕੀਤਾ ਸੀ ਇਹ ਗੁਰੂ ਅਰਜਨ ਦੇਵ ਜੀ ਨੇ 1604 ਈਸਵੀ ਵਿੱਚ ਕੀਤਾ ਸੀ ਠੀਕ ਹੈ ਉਸ ਟਾਈਮ ਕੀ ਸੀ ਜਦੋਂ ਗੁਰੂ ਅਰਜਨ ਦੇਵ ਜੀ ਤੇ ਭਾਈ ਗੁਰਦਾਸ ਜੀ ਆਪਣੇ ਗੁਰੂ ਗ੍ਰੰਥ ਸਾਹਿਬ ਦੀ ਰਚਨਾ ਕਰ ਰਹੇ ਸੀ ਮਤਲਬ ਕਿ ਲਿਖਣਾ ਸਟਾਰਟ ਕੀਤਾ ਸੀ ਇਸ ਨੂੰ ਕੀ ਨਾਮ ਨਾਲ ਜਾਣਿਆ ਜਾਂਦਾ ਸੀ ਗੁਰੂ ਗ੍ਰੰਥ ਨੂੰ ਪੋਥੀ ਸਾਹਿਬ ਦੇ ਨਾਮ ਨਾਲ ਜਾਣਿਆ ਜਾਂਦਾ ਸੀ ਓਕੇ ਇਸ ਤੋਂ ਇਲਾਵਾ ਗੁਰੂ ਗ੍ਰੰਥ ਕਿਹੜੀ ਭਾਸ਼ਾ ਵਿੱਚ ਲਿਖਿਆ ਗਿਆ ਐਗਜ਼ਾਮ ਵਿੱਚ ਇਹ ਵੀ ਪੁਆਇੰਟ ਬਣ ਸਕਦਾ ਕਿਉਂਕਿ ਹੈ ਤਾਂ ਇਜ਼ੀ ਹੈ ਸਭ ਨੂੰ ਪਤਾ ਗੁਰਮੁਖੀ ਭਾਸ਼ਾ ਵਿੱਚ ਲਿਖਿਆ ਗਿਆ ਹੈ ਤਿਆਂਦਕੋ ਜਿਹੜਾ ਗੁਰੂ ਗ੍ਰੰਥ ਹੈ ਗੁਰਮੁਖੀ ਭਾਸ਼ਾ ਵਿੱਚ ਲਿਖਿਆ ਗਿਆ ਸੀ ਕਿਹਦੇ ਦੇ ਦੁਆਰਾ ਸਟਾਰਟ ਹੋਇਆ ਸੀ ਇਹ ਗੁਰੂ ਅਰਜਨ ਦੇਵ ਤੇ ਪਾਈ ਗੁਰਦਾਸ ਜੀ ਦੁਆਰਾ ਓਕੇ ਤੇ ਇਸ ਤੋਂ ਇਲਾਵਾ 16 ਅਗਸਤ 1604 ਇਹ ਕਾਫੀ ਇੰਪੋਰਟੈਂਟ ਪੁਆਇੰਟ ਹੈ ਐਗਜ਼ਾਮ ਵਿੱਚ ਇਹ ਕੁਐਸਚਨ ਬਣ ਸਕਦਾ ਹੈ 16 ਅਗਸਤ 1604 ਇਸ ਦਿਨ ਨੂੰ ਹਰਮੰਦਰ ਸਾਹਿਬ ਆਪਣੇ ਅੰਮ੍ਰਿਤਸਰ ਦੇ ਹਰਮੰਦਰ ਸਾਹਿਬ ਵਿੱਚ ਇਸ ਦਾ ਗਠਨ ਕੀਤਾ ਗਿਆ ਮਤਲਬ ਕਿ ਸਥਾਪਿਤ ਕੀਤਾ ਗਿਆ ਤੇ ਇਸ ਦਾ ਪਹਿਲਾ ਗ੍ਰੰਥੀ ਕੌਣ ਨਿਯੁਕਤ ਕੀਤਾ ਗਿਆ ਸੀ एग्जाम ਵਿੱਚ ਇਹ ਕੁਐਸਚਨ ਬਹੁਤ ਵਾਰ ਰਿਪੀਟ ਹੋ ਚੁੱਕਾ ਹੈ ਯਾਦ ਰੱਖਿਓ ਤਾਂ ਗੁਰੂ ਗ੍ਰੰਥ ਸਾਹਿਬ ਦਾ ਪਹਿਲਾ ਗ੍ਰੰਥੀ ਬਾਬਾ ਬੁੱਢਾ ਸਿੰਘ ਜੀ ਨਿਯੁਕਤ ਕੀਤੇ ਗਏ ਸੀ ਠੀਕ ਹੈ ਇਸ ਤੋਂ ਇਲਾਵਾ ਇਹ ਗੁਰੂ ਗ੍ਰੰਥ ਹੈ ਜਿਹੜਾ ਆਪਣਾ ਹਨਾ ਉਸ ਵਿੱਚ 430 ਪੇਜ ਨੇ ਤੇ ਜਿਸ ਵਿੱਚ ਗੁਰੂਆਂ ਦੀ ਬਾਣੀ ਲਿਖੀ ਹੋਈ ਹੈ ਇਸ ਤੋਂ ਬਾਅਦ ਕੀ ਹੋਇਆ ਗੁਰੂ ਗ੍ਰੰਥ ਸਾਹਿਬ ਜੀ ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ ਧਾਰਨ ਪਰਨਾਲੀ ਨੂੰ ਖਤਮ ਕਰ ਦਿੱਤਾ ਤੇ ਗੁਰੂ ਗ੍ਰੰਥ ਨੂੰ ਹੀ ਅਸਲ ਗੁਰੂ ਮੰਨਣ ਲਈ ਕਿਹਾ ਇਹ ਗੱਲ ਕਲੀਅਰ ਹੈ ਤਾਂ ਵੀਡੀਓ ਵਿੱਚ ਕਮੈਂਟ ਕਰ ਦਿਓ ਯਸ ਸਰ ਕਲੀਅਰ ਹੈ ਓਕੇ ਤੇ ਦੋਸਤੋ ਇੱਕ ਰਿਕੁਐਸਟ ਹੈ ਜੇ ਵੀਡੀਓ ਤੁਹਾਨੂੰ ਬੈਨੀਫੀਸ਼ੀਅਲ ਲੱਗਦੀ ਹੈ ਤਾਂ ਲਾਈਕ ਤੇ ਇੱਕ ਕਮੈਂਟ ਜਰੂਰ ਕਰ ਦਿਓ ਕਰੋ ਕੋਈ ਵੀ ਤੁਹਾਡਾ ਮਨ ਕਰੇ ਜੋ ਵੀ ਕਮੈਂਟ ਕਰ ਦਿਓ ਕਰੋ ਇਸ ਨਾਲ ਕੀ ਹੈ ਮੈਨੂੰ ਮੋਟੀਵੇਟ ਫਿਰ ਹੁੰਦਾ ਮਤਲਬ ਮੈਂ ਥੋੜਾ ਜਿਹਾ ਮੋਟੀਵੇਟ ਹੋ ਜੰਨਾ ਕਿ ਹਾਂ ਬੱਚਿਆਂ ਨੂੰ ਪਸੰਦ ਆ ਰਹੀਆਂ ਕਲਾਸਿਸ ਤੇ ਮੈਂ ਹੋਰ ਮਨ ਕਰਦਾ ਕਿ ਹੋਰ ਹੋਰ ਨਮੀ ਨਮੀ ਵੀਡੀਓਜ਼ ਪ੍ਰੋਵਾਈਡ ਕਰਾਣਾ ਕਿਉਂਕਿ ਦੋਸਤੋ ਹੁਣ ਆਪਾਂ ਗੱਲ ਕਰ ਲਈਨਾ ਆਪਣੇ ਪੰਜ ਤਕਤਾਂ ਬਾਰੇ ਠੀਕ ਹੈ ਤੇ ਪਹਿਲਾ ਐਗਜ਼ਾਮ ਵਿੱਚ ਬਣਦੀ ਹੈ ਕਿ ਸ੍ਰੀ ਅਕਾਲ ਤਖਤ ਸਾ ਤੇ ਮਤਲਬ ਕਿ ਕਿਹੜੀ ਮੇਨ ਪੁਆਇੰਟ ਹੈ ਸ੍ਰੀ ਅਕਾਲ ਤਖਤ ਦੇ ਰਿਗਾਰਡਿੰਗ ਸਾਰਾ ਕੁਝ ਇਸ ਵਿੱਚ ਕਵਰ ਹੈ ਤਾਂ ਇਸ ਤੋਂ ਬਾਹਰ ਇਗਜ਼ਾਮ ਵਿੱਚ ਕੁਝ ਨਹੀਂ ਆਵੇਗਾ ਸਭ ਤੋਂ ਪਹਿਲੇ ਤਖਤ ਦੀ ਗੱਲ ਕਰੀ ਆਪਾਂ ਸ੍ਰੀ ਅਕਾਲ ਤਖਤ ਸਾਹਿਬ ਠੀਕ ਹੈ ਤੇ ਇਹ ਅਰਮਿੰਦਰ ਸਾਹਿਬ ਜਿਹੜਾ ਆਪਣਾ ਅੰਮ੍ਰਿਤਸਰ ਵਿੱਚ ਹਰਮਿੰਦਰ ਸਾਹਿਬ ਆ ਹੈ ਨਾ ਉਸ ਦੇ ਬਿਲਕੁਲ ਸਾਹਮਣੇ ਸਥਾਪਿਤ ਕੀਤਾ ਗਿਆ ਸੀ ਕਿਸ ਦੁਆਰਾ ਕੀਤਾ ਗਿਆ ਸੀ ਇਹ ਗੁਰੂ ਹਰਗੋਬਿੰਦ ਸਿੰਘ ਜੀ ਦੁਆਰਾ ਇਹ ਬਣਵਾਇਆ ਗਿਆ ਸੀ ਤੇ ਇਸ ਜਗ੍ਹਾ ਤੇ ਹੀ ਮੀਰੀ ਪ੍ਰੀਜ਼ ਦਾ ਸੰਦੇਸ਼ ਵੀ ਗੁਰੂ ਜੀ ਨੇ ਦਿੱਤਾ ਸੀ ਇਹ ਮੈਨ ਮੈਨ ਪੁਆਇੰਟ ਹੈ एग्जाम ਵਿੱਚ ਕੀ ਬਣ ਸਕਦਾ ਹੈ ਇਹਨਾਂ ਵਿੱਚੋਂ ਕਿ ਅਕਾਲ ਤਖਤ ਸਾਹਿਬ ਕਿੱਥੇ ਸਥਿਤ ਹੈ ਤੇ ਯਾਦ ਰੱਖੋ ਅੰਮ੍ਰਿਤਸਰ ਵਿੱਚ ਹੈ ਤੇ ਕਿਸ ਦੁਆਰਾ ਇਹ ਬਣਵਾਇਆ ਗਿਆ ਸੀ ਅਕਾਲ ਤਖਤ ਤਾਂ ਇਹ ਗੁਰੂ ਹਰਗੋਬਿੰਦ ਸਿੰਘ ਜੀ ਦੁਆਰਾ ਬਣਾਇਆ ਗਿਆ ਸੀ ਜਾਂ एग्जाम ਵਿੱਚ ਪੁੱਛਿਆ ਜਾ ਸਕਦਾ ਹੈ ਕਿ ਮੀਰੀ ਪੀਰੀ ਦਾ ਸੰਦੇਸ਼ ਕਿੱਥੇ ਦਿੱਤਾ ਗਿਆ ਸੀ ਕਿਹੜੀ ਜਗ੍ਹਾ ਤੋਂ ਦਿੱਤਾ ਗਿਆ ਸੀ ਅੰਮ੍ਰਿਤਸਰ ਵਿਖੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਹੀ ਦਿੱਤਾ ਗਿਆ ਸੀ ਓਕੇ ਇਸ ਤੋਂ ਬਾਅਦ ਸ੍ਰੀ ਦਮਦਮਾ ਸਾਹਿਬ ਇਹ ਬਠਿੰਡਾ ਜ਼ਿਲ੍ਹਾ ਤਰੰਡੀ ਸਾਬੋ ਵਿੱਚ ਸਥਿਤ ਹੈ ਠੀਕ ਹੈ ਤੇ ਇਸ ਸਥਾਨ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਹੱਤ ਲਿਖਿਤ ਪਹਿਲਾ ਗੁਰੂ ਗ੍ਰੰਥ ਦੀ ਸਥਾਪਨਾ ਕੀਤੀ ਗਈ ਮਤਲਬ ਕੀ ਹੈ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਲਿਖਿਆ ਗਿਆ ਸੀ ਹੱਤ ਮਤਲਬ ਕਿ ਉਹਨਾਂ ਦੇ ਖੁਦ ਦੇ ਹੱਥਾਂ ਨਾਲ ਲਿਖਿਆ ਗਿਆ ਸੀ ਗੁਰੂ ਗ੍ਰੰਥ ਸਾਹਿਬ ਤਾਂ ਉੱਥੇ ਹੀ ਸਟੈਬਲਿਸ਼ ਕੀਤਾ ਗਿਆ ਕਿੱਥੇ ਕੀਤਾ ਹੈ ਸਟੈਬਲਿਸ਼ ਹੈ ਦਮਦਮਾ ਸਾਹਿਬ ਵਿੱਚ ਰੱਖਿਆ ਗਿਆ ਸੀ ਜੋ ਗੁਰੂ ਗੋਬਿੰਦ ਸਿੰਘ ਜੀ ਦੇ ਹੱਤੇ ਲਿਖਿਤ ਗੁਰੂ ਗ੍ਰੰਥ ਸਹੀ ਓਕੇ ਇਸ ਤੋਂ ਬਾਅਦ ਗੱਲ ਕਰੀਏ ਪੁਆਇੰਟ ਨੰਬਰ 3 ਸ੍ਰੀ ਕੇਸ਼ਗੜ ਸਾਹਿਬ ਇਹ ਅਨੰਦਪੁਰ ਸਾਹਿਬ ਵਿਖੇ ਸਥਿਤ ਹੈ ਇਸ ਦੇ ਉਸਾਰੀ 1665 ਈਸਵੀ ਵਿੱਚ ਗੁਰੂ ਤੇਗ ਬਹਾਦਰ ਜੀ ਦੁਆਰਾ ਕਰਵਾਈ ਗਈ ਸੀ ਕੋਈ ਦੋਸਤੋ ਤੇ ਇਸ ਜਗ੍ਹਾ ਤੇ ਹੀ 1699 ਵਿੱਚ ਵਿਸਾਖੀ ਦੇ ਤਿਉਹਾਰ ਵਾਲੇ ਦਿਨ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਿਰਜਣਾ ਕੀਤੀ ਸੀ ਠੀਕ ਹੈ ਐਗਜ਼ਾਮ ਵਿੱਚ ਪੋਰਟ ਬਣ ਸਕਦਾ ਹੈ ਕਿ ਖਾਲਸਾ ਪੰਥ ਦੀ ਸਥਾਪਨਾ ਕਿੱਥੇ ਕੀਤੀ ਗਈ ਸੀ ਯਾਦ ਰੱਖੋ ਕੇਸ਼ਗੜ ਸਾਹਿਬ ਤੇ ਅਨੰਦਪੁਰ ਸਾਹਿਬ ਵਿੱਚ ਇਹ ਕੀਤੀ ਗਈ ਸੀ ਤੇ ਇਸ ਸਥਾਨ ਨੂੰ ਇੱਕ ਨਾਮ ਨਾਲ ਹੋਰ ਜਾਣਿਆ ਜਾਂਦਾ ਹੈ ਇਸ ਸਥਾਨ ਨੂੰ ਕੀ ਕਿਹਾ ਜਾਂਦਾ ਖਾਲਸਾ ਦਾ ਜਨਮ ਇਸ ਸਥਾਨ ਤੋਂ ਹੈ ਇਸ ਨਾਲ ਵੀ ਇਹ ਜਾਣਿਆ ਜਾਂਦਾ ਹੈ ਓਕੇ ਇਸ ਤੋਂ ਬਾਅਦ ਪੁਆਇੰਟ ਨੰਬਰ 4 ਦੀ ਗੱਲ ਕਰੇ ਜੀ ਹਜ਼ੂਰ ਸਾਹਿਬ ਇਹ ਮਹਾਰਾਸ਼ਟਰ ਦੇ ਨਾਂਦੇੜ ਵਿੱਚ ਸਥਿਤ ਹੈ ਤੇ ਐਗਜ਼ਾਮ ਵਿੱਚ ਇਹ ਪੁਆਇੰਟ ਬਹੁਤ ਵਾਰ ਰਿਪੀਟ ਹੋਇਆ ਹੈ ਕਿ ਹਜ਼ੂਰ ਸਾਹਿਬ ਕਿਹੜੀ ਨਦੀ ਦੇ ਕਿਨਾਰੇ ਸਥਿਤ ਹੈ ਤੇ ਯਾਦ ਰੱਖੋ ਗੋਦਾਵਰੀ ਰਿਵਰ ਦੇ ਕਿਨਾਰੇ ਇਹ ਸਥਿਤ ਹੈ ਤੇ ਇੱਥੇ ਹੀ ਗੁਰੂ ਗੋਬਿੰਦ ਸਿੰਘ ਜੀ ਸੀ ਲੋ ਉਹਨਾਂ ਨੂੰ ਜੋਤੀ ਜੋਤ ਸਮਾ ਗਏ ਸੀ ਇਸ ਜਗ੍ਹਾ ਤੇ ਹਜੂਰ ਸਾਹਿਬ ਜਿੱਥੇ ਗੁਰਦੁਆਰਾ ਬਣਿਆ ਹੋਇਆ ਇੱਥੇ ਗੁਰੂ ਗੋਬਿੰਦ ਸਿੰਘ ਜੀ ਦੇ ਜੋਤੀ ਜੋਤ ਸਮਾਉਣ ਦੇ ਯਾਦਗਾਰੀ ਵਿੱਚ ਇਹ ਬਣਾਇਆ ਗਿਆ ਸੀ ਤੇ ਇਗਜ਼ਾਮ ਵਿੱਚ ਇਹ ਪੁਆਇੰਟ ਕਾਫੀ ਵਾਰ ਰਿਪੀਟ ਹੋਇਆ ਗੁਰੂ ਸਾਹਿਬ ਜੀ ਦੇ ਅੰਦਰੂਨੀ ਕਮਰੇ ਨੂੰ ਜਿਹੜਾ ਅੰਦਰਲਾ ਕਮਰਾ ਹੈ ਹਜੂਰ ਸਾਹਿਬ ਵਿੱਚ ਉਸ ਨੂੰ ਕਿਸ ਨਾਮ ਨਾਲ ਜਾਣਿਆ ਜਾਂਦਾ ਹੈ ਤਾਂ ਅੰਗੀਠਾ ਸਾਹਿਬ ਨੂੰ ਕਿਹਾ ਜਾਂਦਾ ਓਕੇ ਯਾਦ ਰੱਖਿਓ ਇਸ ਤੋਂ ਬਾਅਦ ਜੋ ਅੱਜ ਦੀ ਅੱਜ ਦੀ ਇਮਾਰਤ ਦਾ ਆਪਾਂ ਦਰਸ਼ਨ ਕਰਨ ਜਾਂਦੇ ਹਜੂਰ ਸਾਹਿਬ ਤੋਂ ਦੇਖਦੇ ਹਾਂ ਉਸਨ ਨਿਰਮਾਣ 1830 ਇਸਵੀ ਵਿੱਚ ਮਹਾਰਾਜਾ ਰਣਜੀਤ ਸਿੰਘ ਦੁਆਰਾ ਕਰਵਾਇਆ ਗਿਆ ਸੀ ਜੋ ਅਜੋਕਾ ਮਤਲਬ ਕਿ ਵਰਤਮਾਨ ਵਿੱਚ ਜੋ ਹਜੂਰ ਸਾਹਿਬ ਦੀ ਇਮਾਰਤ ਹੈ ਉਸ ਦਾ ਨਿਰਮਾਣ ਮਹਾਰਾਜਾ ਰਣਜੀਤ ਸਿੰਘ ਜੀ ਦੁਆਰਾ 1830 ਇਸਵੀ ਵਿੱਚ ਕਰਵਾਇਆ ਗਿਆ ਸੀ ਇਸ ਤੋਂ ਬਾਅਦ ਗੱਲ ਕਰੀਏ ਸ਼੍ਰੀ ਪਟਨਾ ਸਾਹਿਬ ਇਹ ਬਿਹਾਰ ਵਿੱਚ ਸਥਿਤ ਹੈ ਠੀਕ ਹੈ 1668 ਇਸਵੀ ਵਿੱਚ ਇੱਥੇ ਕੀ ਹੋਇਆ ਸੀ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਹੋਇਆ ਸੀ ਜਿਸ ਦੀ ਯਾਦਗਾਰੀ ਵਿੱਚ ਪਟਨਾ ਸਾਹਿਬ ਨਿਰਮਾਣ ਹੋ ਸੀ ਓਕੇ ਤੇ ਇਸ ਸਥਾਨ ਦਾ ਅਹਿਮ ਭੂਮਿਕਾ ਕੀ ਸੀ ਇਹ ਇਹ ਪੂਰਬੀ ਖੇਤਰ ਸੀ ਜਿਹੜਾ ਪੂਰਬੀ ਏਰੀਆ ਆਪਣੇ ਭਾਰਤ ਦਾ ਉਸ ਵਿੱਚ ਸਿੱਖ ਧਰਮ ਨੂੰ ਫੈਲਾਉਣ ਲਈ ਮੁੱਖ ਸਥਾਨ ਦੇ ਵਜੋਂ ਠਨਾ ਸਾਹਿਬ ਨੂੰ ਜਾਣਿਆ ਜਾਂਦਾ ਹੈ